राष्ट्रपति संत के दुखन आरजा घटे, संत के दुखन जमते नहीं छुटे। संत के दुखन आरजा घटे, जे कोई संत नु दुख देगा ओदी आरजा घट जाती है, आरजा कि घटती है। जमण मरण दे विच जिहड़ा आदमी ओदी आरजा घट जाती है। आरजा होती की है? सत जीवन आरजा साडी, सत जीवन आरजा ना। आरजा की है? जीवन जोत तां फिर मरदी हो नहीं, जोत तां मरदी है नहीं, आरजा कमें घटू। जिन्ना चिर संसार का मेला नहीं देखता ना सौ जाता उन्ना चिर आरजा घट जाती है। जिन्ना चिर सुता रहा रात को पिक्चर देखी नहीं उन्नी आरजा घट गई। फिल्म ओनी लंघ गई तेनू पता कोई ओ जीवन है नहीं रहा, जीवन है नहीं उन्होंने तो संसार ही नहीं देखा। जिन्ना चिर असीं संसार नहीं देखिया वो आरजा साडी संसारी आरजा है नहीं। संसार दे हिसाब नाल आरजा है, क्योंकि आरजा संसार नाल रिलेटेड है। आरजा होनी है जिन्ना चिर असीं जागदे हां। कर वाली आरजा नूं आरजा नहीं मन्निया होया, उत्थे जागदा नहीं है, सानूं उत्थे समाधि च है। ਉਹਦੇ ਬਾਅਦ ਆਰਜਾ ਸ਼ੁਰੂ ਹੁੰਦੀ ਹੈ ਉਮਰ, ਜਿਹਨੂੰ ਆਪਾਂ ਉਮਰ ਕਹਿੰਦੇ। ਤੇ ਜਿੰਨਾ ਚਿਰ ਸੌ ਜੂਗਾ ਬੇਹੋਸ਼ੀ ਚਲਿਆ ਜਾਊਗਾ 10 ਸਾਲ, ਕੀ ਆਰਜਾ ਹੈ? ਉਹ ਨਹੀਂ ਹੈ। ਜਿੰਨਾ ਚਿਰ ਸੌ ਲਿਆ, ਜਿਹੜਾ ਜ਼ਿਆਦਾ ਸੌਂਦਾ ਹੈ ਉਹ ਜ਼ਿਆਦਾ ਉਹਦੀ ਘੱਟ ਉਮਰ ਭੋਗਦਾ ਸੰਸਾਰ ਚ ਘੱਟ। ਜਿੰਨਾ ਚਿਰ ਥੋੜਾ ਜਿਹਾ ਦੇਖਦਾ, ਜੇ ਫਰਜ਼ ਕੀਤਾ ਲੈਣ ਆਇਆ ਉਹ ਗਿਆਨ, ਪੜ੍ਹਨ ਆਇਆ ਗੁਰਮਤ, ਜਿੰਨੇ ਘੰਟੇ ਗੁਰਮਤ ਨੂੰ ਸਮਝਣ ਨੂੰ ਉਹਨੂੰ ਮਿਲੇ ਨੇ ਉਹੀ ਉਹਦੀ ਆਰਜਾ। ਬਸ ਜਿੰਨੇ ਘੰਟੇ ਉਹਨੂੰ ਗਿਆਨ ਲੈਣ ਨੂੰ ਘੱਟ ਮਿਲੇ ਨੇ ਉਹਨੀ ਉਹਦੀ ਆਰਜਾ ਕੱਢ ਗਈ। ਸਾਹ ਚਾਹੇ ਉਹਨੇ 90 ਸਾਲ ਲਿਆ, ਜੇ 50 ਸਾਲ ਸੁੱਤਾ ਰਿਹਾ ਤੇ ਆਰਜਾ ਤਾਂ 40 ਸਾਲ ਰਹਿ ਗਈ ਉਹਦੀ। 40 ਸਾਲ ਚ ਉਹਨੇ ਕਹਾਂ ਕੀ ਸਿੱਖਿਆ, ਕੀ ਖੱਟਿਆ, ਕੀ ਗਵਾਇਆ? 40 ਸਾਲ ਦਾ ਹਿਸਾਬ ਲਾਵਾਂਗੇ, 60 ਸਾਲ ਦਾ 50 ਸਾਲ ਦਾ ਵਿੱਚੋਂ ਕੱਢਦੇ ਸੀ। ਜੇ 50 ਸਾਲ ਛੁੱਟੀਆਂ ਮਾਰੀਆਂ ਨੇ ਕਿਸੇ ਨੇ, ਜੇ ਮਹੀਨੇ ਚ ਕਿਸੇ ਨੇ 10 ਦਿਨ ਛੁੱਟੀਆਂ ਮਾਰੀਆਂ, ਤਨਖਾਹ 20 ਦਿਨ ਦੀ ਮਿਲੀ ਆ ਉਹਨੂੰ, ਕਿਉਂ ਉਹਨੇ ਉਹਦੀ ਨੌਕਰੀ ਘੱਟ ਗਈ? ਆਰਜਾ ਘੱਟਾ ਬਹੁਤ ਹੀ ਟੇਢਾ ਸਵਾਲ ਹੈ। ਇੱਕ ਪਾਸੇ ਅਮਰ ਹੈ, ਇੱਕ ਪਾਸੇ ਆਰਜਾ ਘਟਦੀ ਹੈ। ਆਰਜਾ ਦਾ ਕੀ ਮਤਲਬ ਹੈ? ਅਮਰ ਹੈ ਨਹੀਂ, ਅਮਰ ਵਿੱਚ ਤਾਂ ਆਰਜਾ ਹੁੰਦੀ ਹੋ ਨਹੀਂ। ਆਰਜਾ ਹੀ ਫਿਰ ਉਹਨਾਂ ਚੱਲਿਆ ਜਿੰਨਾ ਚਿਰ ਜੰਮਣ ਵਾਲਾ ਚਾਹ। ਆਰਜਾ ਹੁੰਦੀ ਹੋਈ ਜੰਮਣ, ਆਰਜਾ ਸੁਪਨੇ ਦੀ ਜ਼ਿੰਦਗੀ ਨੂੰ ਆਰਜਾ ਕਹਿੰਦੇ ਨੇ। ਜਿੰਨਾ ਚਿਰ ਜੀਵਨ ਦਾ ਸੁਪਨਾ ਦੇਖਿਆ ਨਾ ਇਹਨੇ ਦੇਖਦਾ, ਉਹ ਆਰਜਾ ਇਹਦੀ। ਜਦ ਸੌ ਜਾਂਦਾ ਸੁਪਨਾ ਦੇਖਦਾ ਨਹੀਂ, ਉਹ ਆਰਜਾ ਘਟ ਜਾਂਦੀ ਹੈ। ਜਿੰਨਾ ਚਿਰ ਦੁਨੀਆਂ ਦਾ ਤਮਾਸ਼ਾ ਦੇਖਦਾ ਜਗਤ ਤਮਾਸ਼ਾ, ਉਹ ਨਾ ਚਿਰ ਆਰਜਾ ਇਹਦੀ। ਸੰਤ ਕੇ ਦੁੱਖ ਨਾ ਆਰਜਾ ਘਟ, ਆਰਜਾ ਘਟ। ਸੰਤ ਦੇ ਨਾਲ ਜੁੜ ਕੇ, ਸੰਤ ਦਾ ਵਿਰੋਧ ਕਰਕੇ, ਦੁਖਣਾ ਵਿਰੋਧ ਕਰਕੇ। ਜੇ ਸੰਤ ਦੀ ਸੇਵਾ ਕਰੇ ਤਾਂ ਇਹਦਾ ਇਹਦੀ ਜਿਹੜੀ ਹੈ ਨਾ ਚੇਤਨ ਹੋ ਜਾਂਦਾ, ਜਾਗ ਪੈਂਦਾ। ਜਿੰਨਾ ਚਿਰ ਇਹਨੇ ਆ ਕੇ ਗੁਰਮਤ ਦੀ ਕਮਾਈ ਕੀਤੀ ਹੈ ਉਹੀ ਆਰਜਾ ਲੇਖੇ ਲੱਗਣੀ ਹੈ, ਬਾਕੀ ਦੂਈ ਵੀ ਬੇਕਾਰ ਚਲੀ ਗਈ, ਉਹ ਵੀ ਗਵਾਲੀ। ਉਹ ਜੂਏ ਚ ਹਾਰ ਲਿਆ, ਕੁਛ ਜਨਮ ਜੂਏ ਚ ਵੀ ਹਾਰਦਾ ਹੈ। ਜਿਹੜੀ ਆਰਜਾ ਇਹਦੇ ਕੋਲ ਆਈ 40 ਸਾਲ ਦੀ, ਤੇ ਉਹ ਚ 1 ਸਾਲ ਇਹਨੇ ਟੋਟਲ 1 ਸਾਲ ਹੀ ਗੁਰਮਤ ਸਮਝੀ ਹੈ ਕੁੱਲ ਮਿਲਾ ਕੇ, ਤਾਂ 39 ਸਾਲ ਉਹ ਵੀ ਜਨਮ ਜੂਏ ਚ ਹਾਰੇ।
39 साल खत्म है जुए हार गया वो जुए हार गया 60 साल जेड़ा सौ लिया वो घट गई कि जुआ खेडिया ही उन्होंने जुआ भी नहीं खेडिया ने घाटा तो पाया नहीं पर आरजा फजूल चली गई ना को खटिया ना को गवाया आरजा खटदा मतलब यह जिन्ने साल दे विच जिन्ने इन्हें टाइम जिन्ना पीरियड ना इन्हें को खटिया ना गवाया वो आरजा दी बेकार गई घट गई सुता रहा सोना ही मरना हो गया सा सोना ही मरना और की है आरजा खट गई फिर कोई आरजा नहीं करती जे शब्द विचार नहीं करता जे संत की गल अंदर आत्मा की गल नहीं सुनता तो यह संत का निंदक है संत का दुखी है संत नूं दुख देने वाला है संत नूं सुख नहीं इधर मिलना संत के दुख है ना संत की खुराक की है असल च ब्रह्म ज्ञानी ब्रह्म है वो संत ब्रह्म है ओदा भोजन ज्ञान है क्यों ज्ञानी है ओदा भोजन ज्ञान है जे ओनु भोजन नहीं दिता इन्हें सारा जिंदगी तो ओनु दुख है दिता तो भुखा मारे ओदा फिक्र च रहे है भुखे मार देना बड़ा दुख नहीं हां भुखा किसे नु मार देना भुखा रखना है तो बड़ा दुख नहीं किसे वास्ते ਭੁੱਖਾ ਹੀ ਮਾਰਿਆ ਸਾਰੀ ਜ਼ਿੰਦਗੀ ਉਹਨੂੰ ਤੇ ਭੁੱਖਾ ਮਾਰਿਆ ਤੇ ਦੁੱਖੇ ਦਿੱਤਾ ਉਹਨੂੰ ਸੋਕੜਾ ਦਿੱਤਾ ਜਿਹੜੀ ਗੱਲ ਦੇ ਵਿੱਚ ਸੰਤ ਨੇ ਸੁੱਖ ਮਹਿਸੂਸ ਕੀਤਾ ਹੋਵੇ ਅੰਦਰ ਉਹਨੇ ਕਾਰਜਾ ਤੁਹਾਡੀ ਜਾਏ ਠੀਕ ਹੈ ਜਿੰਨਾ ਜਿਹੜੀ ਗੱਲ ਤੇ ਅੰਦਰ ਲੈਣ ਦੁੱਖ ਬਣਿਆ ਉਹਦੇ ਨਾਲ ਅਰਜਾ ਫਿਰ ਉਹ ਸਰਾਫਿਆ ਗਿਆ ਉਹਦੇ ਉਹਦਾ ਕਾਰਨ ਕਿ ਚੇਤਨ ਹੋਇਆ ਹੀ ਨਹੀਂ ਗੁਰਮਤ ਵਾਲੇ ਪਾਸੇ ਗਿਆ ਹੀ ਨਹੀਂ ਦੂਏ ਪਾਸੇ ਗਿਆ ਉਹ ਅਰਜਾ ਘਟ ਜੇ ਤਾਂ ਗੁਰਮਤ ਵਾਲੇ ਪਾਸੇ ਗਿਆ ਉੱਥੋਂ ਤਾਂ ਉਹਨੂੰ ਗਿਆਨ ਮਿਲਿਆ ਖੁਰਾਕ ਮਿਲੀ ਆ ਉਹ ਤਾਂ ਉਹ ਖੁਸ਼ ਹੋਇਆ ਜੇ ਉਹ ਚੇਤਾ ਹੀ ਨਹੀਂ ਕੀਤਾ ਸਾਰੀ ਜ਼ਿੰਦਗੀ ਐਵੇਂ ਹੀ ਚਲੀ ਗਈ ਫਿਰ ਉਹ ਪਛਤਾਊਗਾ ਪਛਤਾਏ ਦਾ ਮੂੜਿਆ ਮਨ ਨੂੰ ਨਹੀਂ ਕਿਹਾ ਹੋਇਆ ਪਛਤਾਊਗਾ ਅੰਦਰ ਲਈ ਜਿਹਦਾ ਮਨ ਹੈ ਉਹਨੇ ਆਪਣੇ ਮਨ ਨੂੰ ਕਾਬੂ ਚ ਰੱਖ ਕੇ ਇੱਧਰ ਲਾਇਆ ਹੀ ਮਨ ਬੁੱਧੀ ਕਸੂਰ ਉਸੇ ਦਾ ਸੰਤ ਦਾ ਵੀ ਹੈ ਸੰਤ ਕੇ ਦੁੱਖ ਸੰਤ ਨੂੰ ਚਿੰਤਾ ਵੀ ਮਰੇ ਦੇ ਬਾਅਦ ਕੀ ਹੋਊ ਕਿੱਥੇ ਜਾਵਾਂਗੇ ਚਿੰਤਾ ਤਾਂ ਉਹਦੇ ਅੰਦਰ ਚਿੰਤਾ ਹੀ ਦੁੱਖ ਹੁੰਦੀ ਹੈ ਜੇ ਉਹਦੀ ਚਿੰਤਾ ਮੁੱਕੀ ਨਹੀਂ ਭਰਮ ਪੈ ਗਿਆ ਨਹੀਂ ਉਹ ਸੰਤ ਕਾ ਦੁੱਖ ਨੇ ਆਰਜਾ ਘਟੈ ਹਾਂਜੀ ਸੰਤ ਕੇ ਦੁੱਖ ਨੂੰ ਆਰਜਾ ਘਟੈ ਸੰਤ ਕੇ ਦੁੱਖ ਨੂੰ ਜੰਮਦੇ ਨਹੀਂ ਛੁੱਟੇ ਸੰਤ ਕੇ ਦੁੱਖ ਨੂੰ ਜੰਮਦੇ ਨਹੀਂ ਛੁੱਟੇ ਜੰਮਦੇ ਕਿਵੇਂ ਛੁੱਟੂ ਜੰਮਦੇ ਤਾਂ ਛੁੱਟੂ ਜੇ ਉਹਦੀ ਸੇਵਾ ਕਰੂ ਸੇਵਾ ਨਾਲ ਛੁਟਕਾਰਾ ਤਾਂ ਸਤਿਗੁਰ ਕੀ ਸੇਵਾ ਸਫਲ ਹੈ ਦੇਖੋ ਕਰੇ ਜਿਤਵਾ ਸਫਲਤਾ ਤਾਂ ਸੇਵਾ ਨਾਲ ਸੀ ਉਹਨੇ ਕੀਤਾ ਦੁੱਖ ਦਿੱਤਾ ਦੁੱਖ ਤੇ ਉਹਦੇ ਨਾਲ ਕੀ ਮਿਲੂ ਪਤਾ ਨਾ ਮਿਲੂ ਸਜ਼ਾ ਆ ਜਾ ਘਟ ਹੈ ਹਾਂਜੀ ਸੰਤ ਕੇ ਦੁੱਖਨ ਸੁੱਖ ਸਭ ਜਾਏ ਸੰਤ ਕੇ ਦੁੱਖਨ ਨਰਕ ਮੈਂ ਪਾਏ ਸੰਤ ਕੇ ਦੁੱਖਨ ਸੁੱਖ ਸਭ ਜਾਏ ਜਿਹੜੇ ਸੁੱਖ ਨੇ ਨਾ ਸਾਰੇ ਸੁੱਖ ਚਲੇ ਜਾਂਦੇ ਹੁਣ ਭੋਰਾ ਭੋਰਾ ਸੁੱਖਾਂ ਨੂੰ ਭਜਿਆ ਫਿਰਦਾ ਛੋਟਿਆਂ ਨੂੰ ਸੁੱਖ ਸਮਝ ਸਾਰੇ ਸੁੱਖ ਚਲੇ ਜਾਂਦੇ ਨੇ ਕੀ ਸੁੱਖ ਸਾਗਰੇ ਗੋਆ ਬੈਠਿਆ ਸੁੱਖ ਸਾਗਰ ਦਾ ਨਿਵਾਸ ਹੈ ਗੋਆ ਬੈਠਿਆ ਭਵ ਸਾਗਰ ਤੇ ਰਹਿ ਗਿਆ ਭਵ ਸਾਗਰ ਚ ਰਹੂ ਭਵ ਸਾਗਰ ਸੁੱਖ ਨਹੀਂ ਹੁੰਦੇ ਸੁੱਖ ਸਭ ਜਾਏ ਗੁਣ ਅੰਦਰੋਂ ਚਲੇ ਗਏ ਤਾਂ ਸੁੱਖ ਸਾਗਰ ਖਤਮ ਹੋ ਗਿਆ ਔਗਣਾਂ ਦੇ ਵਿੱਚ ਸੁੱਖ ਨਹੀਂ ਹੁੰਦਾ
ਔਕੜਾ ਚਿੰਤਾ ਹੁੰਦੀ ਹੈ। ਗੁਣ ਗਵਾਲੇ ਹਰ ਵਿਸਰ ਤੇਰੇ ਗੁਣ, ਸਾਰੇ ਅੰਦਰ ਗੁਣੇ ਗਲ ਗਏ, ਗੁਣ ਗਲਣ ਦੀ ਚਿੰਤਾ ਹੈ, ਗੁਣ ਗਲਣ ਦੀ ਚਿੰਤਾ ਹੈ। ਚਿੰਤਾ ਸੋ ਕਿੱਥੇ, ਸੰਤ ਕੇ ਦੁੱਖ ਨਰਕ ਮੈਂ ਪਾਏ, ਚਿੰਤਾ ਹੀ ਦੁੱਖ ਚਿੰਤਾ ਹੀ ਦੁੱਖ ਸੰਤ ਕੇ ਦੁੱਖ ਨਰਕ ਮੈਂ ਪਾਏ, ਇਹਦਾ ਮਤਲਬ ਥੱਲੇ ਚਲੀ ਜਾਊਗੀ ਬੁੱਧੀ, ਗਿਆਨ ਥੱਲੇ ਨੂੰ ਚਲਾ ਜਾਊ। ਭੱਜਿਆ ਲੋਭ ਦੇ ਮਗਰ ਗੁਣ ਗਵਾਲੇ, ਜਿੰਨੇ ਗੁਣ ਗਲ ਗਏ ਉਨਾ ਘਾਟਾ ਪੈ ਗਿਆ, ਫਿਕਰ ਉਨਾ ਵੱਧ ਗਿਆ, ਜਿੰਨਾ ਘਾਟਾ ਪੈ ਗਿਆ ਉਨੀ ਚਿੰਤਾ ਵੱਧ ਗਈ, ਫਿਕਰ ਵੱਧ ਗਿਆ। ਮਾਇਆ ਨਾਲ ਫਿਕਰ ਕਿਉਂ ਵੱਧਦਾ ਹੈ, ਮਾਇਆ ਆਉਂਦੀ ਹੈ ਫਿਕਰ ਵੱਧਦਾ ਕਿਉਂ ਵੱਧਦਾ ਹੈ, ਅਸਲ ਗੁਣ ਗਵਾ ਕੇ ਮਾਇਆ ਆਈ ਹੈ। ਲੋਭ ਹਾਵੀ ਹੋਇਆ ਸੰਤੋਖ ਘਟਿਆ ਉਹਦੀ ਚਿੰਤਾ, ਸੰਤੋਖ ਸਤ ਸੰਤੋਖ ਦਾ ਘੱਟ ਉਹਦੀ ਕੀਮਤ ਤੇ ਮਾਇਆ ਆਈ ਹੈ। ਲੋਭ ਤਕੜਾ ਹੋਇਆ ਮਜ਼ਬੂਤ ਹੋਇਆ, ਸੰਤੋਖ ਕਮਜ਼ੋਰ ਹੋਇਆ ਤੇ ਚਿੰਤਾ ਤਾਂ ਰਹਿਣੀ ਹੋਈ ਹੈ। ਦੁਸ਼ਮਣ ਵਧਿਆ ਸੱਜਣ ਕਮਜ਼ੋਰ ਹੋਇਆ ਤੇ ਚਿੰਤਾ ਤਾਂ ਰਹਿਣੀ ਹੋਈ ਹੈ। ਦੁਸ਼ਮਣ ਤਕੜੇ ਕੀਤੇ ਨੇ ਕਰ ਰਹੇ ਹਾਂ, ਮੋਹ ਤਕੜਾ, ਲੋਭ ਤਕੜਾ, ਕ੍ਰੋਧ ਤਕੜਾ, ਹੰਕਾਰ ਤਕੜਾ, ਕਾਮਨਾਵਾਂ ਬੇਕਾਬੂ, ਇੱਛਾਵਾਂ ਬੇਕਾਬੂ, ਚਿੰਤਾ ਤਾਂ ਰਹਿਣੀ ਹੋਈ, ਇਹ ਤਾਂ ਉਗੜ ਨੇ ਸਾਰੇ। ਦੁਸ਼ਮਣ ਤਕੜੇ ਨੇ ਸੱਜਣ ਕੋਈ ਹੋਇਓ ਨਹੀਂ, ਤੇ ਜਿਹਦੇ ਦੁਸ਼ਮਣ ਜ਼ਿਆਦਾ ਹੋਣ ਸੱਜਣ ਹੋਣ, ਆਪਾਂ ਦੂਏ ਮੁਲਕ ਜਾ ਕੇ ਕਿਉਂ ਨਹੀਂ ਵੱਸਦੇ, ਦੂਈ ਜਗ੍ਹਾ ਕਿਉਂ ਨਹੀਂ ਵੱਸਦੇ, ਉੱਥੇ ਆਪਣਾ ਕੌਣ ਹੈ, ਜਿੱਥੇ ਆਪਣਾ ਨਹੀਂ ਕੋਈ ਹੁੰਦਾ ਉੱਥੇ ਤਾਂ ਵਸੀਦਾ ਨਹੀਂ ਜਾ ਕੇ, ਉੱਥੇ ਹੀ ਰਹੀਦਾ ਸਭ ਨੂੰ ਆਪਣਾ ਬਣਾ ਕੇ। ਜਿਹੜਾ ਸਭ ਨੂੰ ਆਪਣਾ ਬਣਾਉਂਦਾ ਉਹ ਸੁਖੀ ਹੈ, ਜਿਹੜਾ ਦੁਸ਼ਮਣ ਪੈਦਾ ਕਰਦਾ ਸੁਖੀ ਹੁੰਦਾ ਹੀ ਨਹੀਂ। ਇਸ ਕਰਕੇ ਭਗਤਾਂ ਨੇ ਸਭ ਕੋ ਮੀਤ ਹਮ ਆਪਣ, ਹਮ ਸਭ ਹੋ ਕੇ ਆਥੁਰੀ ਵਰਤੀ ਹੈ, ਐਵੇਂ ਨਹੀਂ ਵਰਤੀ ਲੋਕਾਂ ਨੂੰ ਕੀ ਪਤਾ ਗੁਰਬਾਣੀ ਕੀ ਲਿਖਿਆ, ਇਹਦਾ ਸਦਾ ਹੀ ਨੇ। ਤਾਂ ਹੀ ਤਾਂ ਮੂਰਖੰਦ ਘੋਰ ਕਹਿੰਦੇ ਆ ਗੁਰਬਾਣੀ, ਚੋਰ ਹਰਾਮ ਖੋਰ ਕਹਿੰਦੇ, ਉਹ ਸੱਜਣ ਬਣਾਉਣ ਦੀ ਗੱਲ ਕਰਦੇ ਨੇ ਸਾਰਿਆਂ ਨੂੰ, ਉਹ ਸੱਜਣ ਬਣਾਉਣ ਦੀ ਗੱਲ ਕਰਦੇ ਨੇ, ਇਹ ਦੁਸ਼ਮਣ ਪੈਦਾ ਕਰਦੇ ਨੇ। ਇਹਨਾਂ ਦੇ ਨਾਰੇ ਹੀ ਇਹੋ ਜਿਹੇ ਨੇ ਜਿਹਨਾਂ ਦੁਨੀਆਂ ਦੁਸ਼ਮਣ ਹੋ ਜਾਵੇ, ਜਿਹੜਾ ਨਹੀਂ ਉਹ ਵੀ ਹੋ ਜਾਵੇ, ਉਹ ਵੀ ਸ਼ੱਕ ਕਰੇ ਇਹਨਾਂ ਤੇ। ਹਾਂਜੀ, ਸੰਤ ਕੇ ਦੁੱਖ ਨੂੰ ਸੁੱਖ ਸਭ ਜਾਏ, ਸੰਤ ਕੇ ਦੁੱਖ ਨਰਕ ਮੈਂ ਪਾਏ, ਸੰਤ ਕੇ ਦੁੱਖ ਨੂੰ ਸੁੱਖ ਸਭ ਜਾਏ। ਸੰਤ ਦੇ ਦੁੱਖ ਨਾਲ ਕਿੰਨਾ ਕੁਝ ਹੋ ਜਾਂਦਾ ਸਾਰਾ ਹੀ ਪਹਿਲਾਂ ਗਣਾਉਣਾ, ਸੁੱਖ ਸਭ ਜਾਏ, ਸੰਤ ਕੇ ਦੁੱਖ ਨਰਕ ਮੈਂ ਪਾਏ, ਸੰਤ ਕੇ ਦੁੱਖ ਨਰਕ ਮੈਂ ਪਾਏ। ਉਹ ਸੰਤਾਂ ਦੀ ਸੇਵਾ ਕਰਦੇ ਨੇ, ਦੁੱਖ ਕਿੱਥੋਂ ਆ ਗਏ ਸਾਡੇ ਕੋਲ, ਦੁੱਖਾਂ 'ਚ ਕਿਹਨੇ ਪਾਤੇ, ਸੰਤ ਨੂੰ ਦੁੱਖ ਦਾ ਅਸੀਂ ਦੇ ਨਹੀਂ ਰਹੇ ਇੱਥੇ ਕਿਸੇ ਨੂੰ ਬਾਹਰ, ਦੁੱਖ ਕਿੱਥੋਂ ਆ ਗਏ ਸਾਡੇ ਕੋਲ, ਅਸੀਂ ਕਹਿੰਦੇ ਦੁਖੀ ਹਾਂ। ਸਵਾਲ ਦੂਏ ਪਾਸੇ ਨੂੰ ਪਲਟਾ ਮਾਰ ਕੇ ਪੜ੍ਹਨਾ ਇਹਨੂੰ, ਸੰਸਾਰ ਦੇ ਲੋਕ ਦੁਖੀ ਕਿਉਂ ਨੇ, ਸੰਤਾਂ ਦੀ ਛੱਡ ਜਿਹਨੇ ਸੇਵਾ ਕਰਦੇ ਨੇ, ਇਹ ਦੱਸੋ ਦੁਖੀ ਕਰਦੇ ਨੇ। ਸੰਤਾਂ ਨੂੰ ਦੁਖੀ ਕਰਨ ਨਾਲ ਦੁੱਖ ਹੋਣੇ ਚਾਹੀਦੇ ਨੇ, ਅਸਲ ਦੀ ਅਸਲੀ ਸੰਤਾਂ ਨੂੰ ਦੁਖੀ ਕਰ ਰਹੇ ਹੋ, ਨਕਲੀ ਸੰਤਾਂ ਦੀ ਸੇਵਾ ਕਰ ਰਹੇ ਹੋ, ਤਾਂ ਦੁਖੀ ਨੇ। ਅਸਲੀ ਸੰਤ ਟੋਲਿਆ ਨਹੀਂ ਕੋਈ, ਨਕਲੀਆਂ ਦੇ ਢਹੇ ਚੜੇ ਹੋਏ ਨੇ, ਉਹ ਇਹਨਾਂ ਨੂੰ ਬਲੈਕਮੇਲ ਕਰਦੇ ਨੇ, ਤਾਂ ਦੁਖੀ ਨੇ। ਜੋ ਗੁਰਮਤ ਦੇ ਵਿਰੋਧੀ ਨੇ ਸੰਤ, ਉਹਨਾਂ ਨੂੰ ਸੰਤ ਮੰਨ ਲਿਆ, ਠੱਗਾਂ ਨੂੰ ਸੰਤ ਮੰਨ ਲਿਆ ਬਨਾਰਸ ਕਿਆ, ਉਹਨਾਂ ਦੀ ਸੇਵਾ ਕਰਦੇ ਨੇ, ਉਹਨਾਂ ਦੀ ਵਡਿਆਈ ਕਰਦੇ, ਦੁਖੀ ਤਾਂ ਹੋਣਾ ਹੀ ਆ ਫਿਰ। ਅਸਲੀ ਸੰਤ ਦੁਖੀ ਨੇ ਇਹਨਾਂ ਤੋਂ, ਲੋਕਾਂ ਤੋਂ, ਅਸਲੀ ਸੰਤਾਂ ਨਾਲ ਤਾਂ ਇਹਨਾਂ ਦਾ ਮੇਲ ਏ ਨਹੀਂ, ਭਗਤਾਂ ਤੇ ਸਾਰੀਆਂ ਇਹਨਾਂ ਦਾ ਤਾਂ ਕਦੇ ਜੋੜ ਹੀ ਨਹੀਂ ਆਇਆ ਉਹਨਾਂ ਨਾਲ, ਜਿਹਨਾਂ ਨਾਲ ਇਹਨਾਂ ਦਾ ਜੋੜ ਆਇਆ ਸੰਸਾਰੀਆਂ ਤੇ, ਉਹ ਸੰਤ ਨਕਲੀ ਨੇ, ਅਸਲੀ ਹੋ ਹੀ ਨਹੀਂ ਸਕਦੇ।
ਜਿਹੜੇ ਸੰਤ ਦਾ ਸੰਸਾਰੀਆਂ ਨਾਲ ਜੋੜ ਹੈ ਉਹ ਸੰਤ ਹੁੰਦਾ ਹੀ ਨਹੀਂ, ਹੋ ਹੀ ਨਹੀਂ ਸਕਦਾ। ਗੁਰਬਾਣੀ ਨਹੀਂ ਮੰਨਦੀ, ਗੁਰਬਾਣੀ ਮੰਨਦੀ ਹੈ ਭਗਤਾਂ ਤੇ ਸੰਸਾਰੀਆਂ ਜੋੜ ਕਦੇ ਨਾ ਆਇਆ। ਜੇ ਜੋੜ ਬਣਾ ਲਓਗੇ ਦੁਨੀਆਂ ਦੇ ਨਾਲ ਉਹ ਸੰਤ ਨਹੀਂ ਹੋ ਸਕਦਾ, ਸੰਤ ਹੁੰਦਾ ਹੀ ਨਹੀਂ। ਇਸ ਕਰਕੇ ਗੁਰੂਆਂ ਮਗਰ ਭਗਤਾਂ ਮਗਰ ਭੀੜ ਲੱਗੀ ਹੋਈ ਨਹੀਂ, ਨਾ ਉਹਨਾਂ ਨੇ ਲਾਈ, ਲਾ ਲੈਂਦੇ ਲੱਗ ਜਾਂਦੀ। ਜੇ ਆਪਣਾ ਜਿਹੜਾ ਸੀ ਪੈਂਤਰ ਉਹ ਛੱਡ ਦਿੰਦੇ, ਸਤਸੰਤੋਖ ਦੇ ਪੈਂਤਰੇ ਤੋਂ ਬਾਹਰ ਆ ਜਾਂਦੇ, ਸਤਸੰਤੋਖ ਨੂੰ ਤਿਆਗ ਦਿੰਦੇ, ਫਿਰ ਭੀੜ ਮਗਰ ਲੱਗ ਜਾਂਦੀ। ਉਹ ਸੀ ਪੰਡਿਤ ਨੇ ਤਿਆਗੀ। ਕਬੀਰ ਕਹਿ ਰਿਹਾ ਇਹੀ ਗੱਲ, ਜੇ ਮਾਰਗ ਪੰਡਿਤ ਗਏ ਪਾਛੇ ਬੜੀ ਭੀੜ। ਪੰਡਿਤ ਨੇ ਲਾਉਣੀ ਸੀ ਭੀੜ, ਪੰਡਿਤ ਨੇ ਬਾਟੇ ਬਾਟਦੀ ਗੁਰਮਤੇ ਹੀ ਬਦਲ ਲਈ, ਰਸਤਾ ਹੀ ਬਾੜ ਲਿਆ, ਹੋਰ ਬਣਾ ਲਿਆ। ਇੱਕ ਉਹ ਘੱਟ ਘਾਟੀ ਰਾਮ ਕੀਤੇ ਚੜ ਰਹੇ ਹੋ ਕਬੀਰ, ਉਹ ਕਹਿੰਦਾ ਮੈਂ ਚੜਿਆ ਮੇਰੀ ਮਗਰ ਕੋਈ ਵੀ ਨਹੀਂ ਆਉਂਦਾ। ਹਮਰੇ ਖੋਜ ਪਰੋ ਮਤ ਕੋਈ, ਕਬੀਰ ਕਹਿੰਦਾ ਨੀ ਨਾ ਪਾਉ ਸਾਡੇ ਮਗਰ ਕੋਈ, ਜੋ ਮੈਂ ਖੋਜਿਆ। ਕਬੀਰ ਨੇ ਵੀ ਖੋਜਿਆ ਸੀ, ਕਬੀਰ ਕਹਿੰਦਾ ਹਮਰੇ ਖੋਜ ਪਰੋ ਮਤ ਕੋਈ। ਕਬੀਰ ਨੇ ਕੀ ਲੈਣਾ ਜੇ ਖੋਜਦੇ ਮਗਰ ਪੈ ਵੀ ਜਾਊ, ਕੋਈ ਨਹੀਂ ਪਊ, ਪਊਗਾ ਆਪਣੇ ਫਾਇਦੇ ਨੂੰ, ਨਾ ਪਊਗਾ ਆਪਣੇ ਨੁਕਸਾਨ ਨੂੰ। ਕਬੀਰ ਦਾ ਕੀ ਸਿਹਤ ਤੇ ਕੀ ਅਸਰ ਹੈ? ਅੱਡ ਖੋਜ ਦਿੱਤੀ, ਖਰੀ ਖੋਜ ਦਿੱਤੀ ਉਸ ਵੇਲੇ। ਤਾਂ ਹੀ ਮੰਨਿਆ ਗੁਰੂ ਨਾਨਕ, ਖੋਜੀ ਉਪਜਾਂ ਵਾਧੀ ਬਿਨਸਾਂ, ਹਰ ਹਰ ਗੁਰ ਕਰਤਾਰਾ। ਜਨਮ ਪਦਾਰਥ ਖੋਜੀਆਂ ਨੂੰ ਮਿਲਦਾ, ਉਹ ਪੀਂਦੇ ਹੀ ਖੋਜੀ ਨੇ, ਜਨ ਪਦਾਰਥ ਖੋਜੀ ਨੂੰ ਮਿਲਦਾ। ਆ ਜਿਹੜੇ ਵਾਦੀ ਨਾ ਦੂਏ ਪੰਡਿਤ, ਇਹਨਾਂ ਦਾ ਜਿਹੜਾ ਪਹਿਲਾ ਗਿਆਨ ਹੁੰਦਾ ਉਹ ਵੀ ਨਾਸ ਹੋ ਜਾਂਦਾ, ਇਹਦਾ ਜਨਮ ਜੂਏ ਹਾਰ ਕੇ ਜਾਂਦੇ ਨੇ, ਨਰਕੀ ਜੀਵ ਬਣ ਕੇ ਜਾਂਦੇ ਨੇ ਇੱਥੇ। ਹਾਂਜੀ, ਸੰਤ ਕੇ ਦੁਖਨ ਮਤ ਹੋਏ ਮਲੀਨ, ਸੰਤ ਕੇ ਦੁਖਨ ਸੋਭਾ ਦੇ ਹੀਨ। ਸੰਤ ਕੇ ਦੁਖਨ ਮਤ ਹੋਏ ਮਲੀਨ, ਸੰਤ ਨੂੰ ਦੁੱਖ ਦੇਣ ਨਾਲ ਮਤ ਮਲੀਨ ਹੋ ਜਾਂਦੀ ਹੈ। ਔਰ ਸੰਤ ਕੇ ਦੁਖਨ ਸੋਭਾ ਤੇ ਹੀ, ਸੋਭਾ ਤੇ ਹੀ, ਸੰਤ ਨੂੰ ਦੁੱਖ ਦੇਣ ਵਾਲੇ ਦੀ ਸੋਭਾ ਨਸ਼ਟ ਹੋ ਜਾਂਦੀ ਹੈ, ਸੋਭਾ ਨਹੀਂ ਰਹਿੰਦੀ ਉਹਦੀ। ਕਿੱਥੇ? ਇੱਥੇ ਨਹੀਂ, ਦਰਗਾਹ ਚ, ਇੱਥੇ ਜੋ ਮਰਜ਼ੀ ਹੋਵੇ, ਬਾਅਦ ਚ ਇੱਥੇ ਵੀ ਨਹੀਂ ਰਹਿੰਦੀ। ਦੁੱਖ ਦੇਣ ਵੇਲੇ ਚਾਹੇ ਹੋਵੇ, ਬਾਅਦ ਚ ਇੱਥੇ ਵੀ ਨਹੀਂ ਰਹਿੰਦੀ, ਸੋਭਾ ਤੇ ਹੀ ਪਿੱਛੋਂ ਹੋ ਜਾਂਦਾ। ਜਿਨ੍ਹਾਂ ਨੇ ਉਸ ਵੇਲੇ ਜ਼ੁਲਮ ਕੀਤੇ ਨੇ ਭਗਤਾਂ ਤੇ, ਅੱਜ ਕੋਈ ਵੀ ਨਹੀਂ ਚੰਗਾ ਸਮਝਦਾ ਉਹਨਾਂ ਨੂੰ। ਉਸ ਵੇਲੇ ਚਾਹੇ ਸਮਝਦੇ ਹੋਣ, ਅੱਜ ਬੁਰਾ ਹੀ ਸਮਝਦੇ। ਹਾਂਜੀ, ਸੰਤ ਕੇ ਹਦੇ ਕੋ ਰੱਖੇ ਨਾ ਕੋਏ, ਸੰਤ ਕੇ ਹਦੇ ਕੋ ਰੱਖੇ ਨਾ ਕੋਏ, ਸੰਤ ਕੇ ਦੁਖਨ ਥਾਨ ਭ੍ਰਿਸ਼ਟ ਹੋਏ, ਸੰਤ ਕੇ ਦੁਖਨ ਥਾਨ ਭ੍ਰਿਸ਼ਟ ਹੋਏ। ਸੰਤ ਕੇ ਦੁੱਖ ਦੇਣ ਨਾਲ ਤਾਂ, ਸੰਤ ਦੇ ਦੁੱਖ ਨਾਲ ਤਾਂ, ਜਿਹੜਾ ਸੰਤ ਨੂੰ ਦੁੱਖ ਦਿੰਦਾ ਉਹਦਾ ਤਾਂ ਹਿਰਦਾ ਹੀ ਭ੍ਰਸ਼ਟ ਹੋ ਜਾਂਦਾ। ਜਿਹਨੂੰ ਸੰਤ ਸਰਾਫ ਦੇ ਦੇਵੇ ਨਾ, ਹਤਾ ਹੁੰਦਾ, ਹੱਤਿਆ ਕਰ ਦੇਣਾ ਉਹਦੀ, ਆਪਣਿਆਂ ਨੂੰ ਜਾ ਕੇ ਤੋੜ ਕੇ ਪਰੇ ਮਾਰਨਾ, ਆਪਣੇ ਮਨ ਚੋਂ ਭੁਲਾ ਦੇਣਾ, ਬਸ ਜਿਹਨੂੰ ਮਨੋਂ ਵਿਸਾਰ ਦੇਵੇ ਉਮਰ ਗਿਆ। ਕਿਸੇ ਦੀ ਹੱਤਿਆ ਕਰਨ ਨਾਲੋਂ ਉਹਨੂੰ ਮਨ ਚੋਂ ਵਿਸਾਰ ਦੇਣਾ, ਇਹ ਹੱਤਿਆ ਜ਼ਿਆਦਾ ਖਤਰਨਾਕ ਹੈ ਮਨ ਚੋਂ ਵਿਸਾਰ। ਮਨੋ ਵਿਸਾਰ ਤਾਂ ਮਰ ਗਿਆ। ਜਿਹਨੂੰ ਸੰਤ ਨੇ ਮਨੋ ਵਿਸਾਰ ਤਾਂ ਨਾ ਸੱਚਖੰਡ ਨੇ, ਉਹ ਮਰ ਗਿਆ। ਸੰਤ ਕੇ ਹੱਥੇ ਕੋ ਰੱਖੇ ਨਾ ਕੋਈ, ਕੋਈ ਨੀ ਰੱਖਦਾ ਉਹਨੂੰ, ਕੋਈ ਨੀ ਬਚਾਉਂਦਾ। ਹਾਂ, ਸੰਤ ਕੇ ਦੁਖਨ ਥਾਨ ਭ੍ਰਸ਼ਟ ਹੋਏ, ਸੰਤ ਕੇ ਦੁਖਨ ਤਾਂ ਥਾਨ ਭ੍ਰਸ਼ਟ ਹੋ ਜਾਂਦਾ। ਜਿੱਥੇ ਸੰਤ ਰਹਿੰਦਾ ਉਹ ਜਗ੍ਹਾ ਨੂੰ ਨੀ ਕੋਈ ਚੰਗਾ ਸਮਝਦਾ। ਲਾਲ ਕਿਲੇ ਚ ਉੱਲੂ ਬੋਲਦੇ ਨੇ, ਬੋਲਦੇ ਨੇ ਨਾ, ਅਸੀਸ ਗਾਨੀ ਗੁਰਦੁਆਰੇ ਚਾਂਦਨੀ ਚੌਂਕ ਰੌਣਕਾਂ ਫਿਰ ਥਾਨ ਭ੍ਰਸ਼ਟ ਹੋਏ। ਉੱਥੇ ਤਾਂ ਜਾ ਕੇ ਕੋਈ ਬਹਿ ਕਰ ਜੀ, ਉੱਥੇ ਤਾਂ ਰੌਣਕ ਨਹੀਂ ਹੋ ਸਕਦੀ, ਭ੍ਰਸ਼ਟ ਹੋ ਜਾਂਦਾ ਥਾਨ। ਉੱਥੇ ਕੋਈ ਜਾਣਾ ਵੀ ਕੋਈ ਪਸੰਦ ਨਹੀਂ ਕਰਦਾ।
ਉਹਦਾ ਨਾਂ ਲੈਣਾ ਵੀ ਕੋਈ ਪਸੰਦ ਨਹੀਂ ਕਰਦਾ। ਹਾਂਜੀ ਸੰਤ ਕਿਰਪਾਲ ਕਿਰਪਾ ਜੇ ਕਰੇ ਨਾਨਕ ਸਤ ਸੰਗ ਨਿੰਦਕ ਵੀ ਤਰ। ਦੇਖੋ ਸੰਤ ਵੈਸੇ ਕਿਰਪਾਲੂ ਹੁੰਦਾ ਸੁਭਾਅ ਕਰਕੇ, ਉਹ ਗੁੱਸਾ ਨਹੀਂ ਕਰਦਾ। ਕਿਰਪਾ ਜੇ ਕਰੇ ਜੇ ਭੁੱਲ ਬਖਸ਼ਾਲਵੇ ਸੰਤ ਕਿਰਪਾ ਕਰ ਸਕਦਾ, ਕਹਿਣ ਦਾ ਮਤਲਬ ਇਹ ਸੰਤ ਕਿਰਪਾਲ ਕਿਰਪਾ ਜੇ ਕਰੇ, ਜੇ ਸੰਤ ਕਿਰਪਾਲ ਕਿਰਪਾ ਕਰ ਦੇਵੇ ਸੰਤ ਕਿਰਪਾਲੂ ਹੋ ਜਾਵੇ ਨਾਨਕ ਸੰਤ ਸੰਗ ਨਿੰਦਕ ਵੀ ਤਰ। ਨਿੰਦਕ ਜਿਹੜਾ ਹੈ ਸਭ ਤੋਂ ਗੁਨਾਹਗਾਰ ਨਿੰਦਕ ਹੈ। ਨਿੰਦਕ ਹੁੰਦਾ ਸੰਤ ਦਾ ਵਿਰੋਧ ਕਰਨ ਵਾਲਾ, ਸੰਤ ਦੇ ਉਪਦੇਸ਼ ਵਿੱਚ ਈਨ ਮੇਖ ਕੱਢਣ ਵਾਲਾ, ਜਿਵੇਂ ਗੁਰਬਾਣੀ ਦੇ ਈਨ ਮੇਖ ਕੱਢਦੇ ਨੇ ਦੂਏ ਜਿਹੜੇ ਕੱਢਦੇ ਰਹੇ ਨੇ ਹੁਣ ਤੱਕ ਪਿੱਛੇ, ਪਹਿਲਾਂ ਜਿਹੜੇ ਚੱਲਦੇ ਸੀ ਧੀਰ ਮਲੀਏ ਰਾਮ ਰਹੀਏ ਇਹ ਸਭ ਮੀਣੇ ਪਸੰਦ, ਇਹਨਾਂ ਨਾਲ ਤਾਂ ਹੀ ਕਿਹਾ ਸੀ ਤੁਸੀਂ ਮੇਲ ਨਹੀਂ ਰੱਖਣਾ। ਇਹ ਸੰਤ ਇਹ ਨਿੰਦਕ ਸੀ ਖਾਲਸੇ ਦੇ, ਗੁਰਮਤਿ ਦੇ ਰਾਹ ਨੂੰ ਵਿਗਾੜ ਕੇ ਜਾਣ ਬੁੱਝ ਕੇ ਵਿਗਾੜ ਕੇ ਪ੍ਰਚਾਰ ਕਰਦੇ ਸੀ। ਉਹ ਇਹਨਾਂ ਦਾ ਵਿਗਾੜਿਆ ਹੋਇਆ ਅੱਜ ਸਾਡੇ ਕੋਲ ਪ੍ਰਚਾਰ ਹੈ। ਇਹ ਨਿੰਦਕ ਵੀ ਤਰ ਸਕਦਾ ਸੰਤ ਦੇ ਸੰਗਤ ਵਿੱਚ, ਪਰ ਜੇ ਸੁਧਰ ਜਵੇ ਨਾਨਕ ਸੰਤ ਸੰਗ ਨਿੰਦਕ ਵੀ ਤਰ। ਸੰਤ ਕਿਰਪਾਲ ਕਿਰਪਾ ਜੇ ਕਰੇ ਨਾਨਕ ਸਤ ਸੰਗ ਨਿੰਦਕ ਵੀ ਤਰ। ਜੇ ਸੰਤ ਦੇ ਸ਼ਰਨ ਆ ਜਾਵੇ ਸੰਤ ਉਹਦੇ ਕਿਰਪਾਲ ਕਿਰਪਾ ਹੋ ਜਾਵੇ ਉਹਦੀ, ਤਾਂ ਉਹ ਧਰ ਸਕਦਾ ਉਹ ਵੀ ਨਿੰਦਕ ਵੀ ਨਹੀਂ। ਵੈਸੇ ਨਿੰਦਕ ਕਾ ਦਾਰੂ ਨਿੰਦਕ ਕਾ ਦਾਰੂ ਨਹੀਂ ਹੈ। ਦਾਰੂ ਕੀ ਹੁੰਦਾ, ਦਾਰੂ ਕੀ ਹੁੰਦਾ, ਦੁੱਖ ਦਾਰੂ ਆ ਸੰਸਾਰ ਚ। ਇਹ ਜੋ ਦਾਰੂ ਬਣਾਇਆ ਦੁੱਖ ਦਾਰੂ, ਨਿੰਦਕ ਨੂੰ ਦੁੱਖ ਦਾਰੂ ਦਾਰੂ ਨਹੀਂ ਬਣਦਾ। ਨਿੰਦਕ ਦਾ ਦੁੱਖ ਨੂੰ ਬੁਰਾ ਸਮਝਦਾ ਦਾਰੂ ਨਹੀਂ ਬਣਦਾ। ਉਹ ਦੁੱਖ ਪੈਣੇ, ਇਹ ਨਹੀਂ ਕਹਿੰਦਾ ਮੈਂ ਆਹ ਬੁਰਾ ਕੀਤਾ ਸੀ ਮੈਨੂੰ ਤਾਂ ਦੁੱਖ ਮਿਲਿਆ ਮੈਂ ਸੁਧਰ ਜਾਂਗਾ। ਹਾਂ ਜੇ ਦੁੱਖ ਨੂੰ ਮੰਨ ਲਵੇ ਵੀ ਮੈਨੂੰ ਤਾਂ ਫਲਾਨੀ ਗੱਲ ਦੀ ਸਜ਼ਾ ਮਿਲਦੀ ਹੈ ਗਾਹ ਨੂੰ ਸੁਧਰ ਜਾਵੇ, ਉਹ ਇਹ ਗੱਲ ਮੰਨਦਾ ਨਹੀਂ, ਇਹ ਪਾਸੇ ਆਉਂਦਾ ਨਹੀਂ ਦੁੱਖ ਤੇ ਤਲਣਾ ਫਿਰ ਉਹਨੇ ਕਿੱਥੋਂ। ਸੰਤ ਕਿਰਪਾਲ ਕਿਰਪਾ ਜੇ ਕਰੇ ਸੰਤ ਉਹਨੂੰ ਇਹੀ ਗੱਲ ਸਮਝਾ ਦਿੰਦਾ ਵੀ ਆਹ ਤੈਨੂੰ ਦੁੱਖ ਤਾਂ ਆਇਆ ਤੂੰ ਆਹ ਕੀਤਾ ਸੀ, ਇਹੀ ਗੱਲ ਤੇ ਬੇਸ ਕੁਰਾਨ ਹੈ, ਕੁਰਾਨ ਸਾਰੀ ਦਾ ਬੇਸ ਹੈ ਆ ਭਗਤੀ। ਸੰਤ ਕਿਰਪਾਲ ਕਿਰਪਾ ਜੇ ਕੁਰਾਨ ਦੇ ਵਿੱਚ ਇਹੀ ਆ ਵੀ ਤੁਸੀਂ ਆਹ ਤੁਹਾਨੂੰ ਕਿਹਾ ਸੀ ਕੱਲ ਨੂੰ ਪਹਿਲੀ ਕਿਤਾਬ ਦੇ ਵਿੱਚ ਅੱਲਾ ਨੇ ਜੋ ਭੇਜੀ ਸੀ ਕਿਤਾਬ ਤੁਹਾਡੇ ਬਾਅਦ, ਤੁਸੀਂ ਉਹ ਗੱਲਾਂ ਨਹੀਂ ਮੰਨੀਆਂ, ਤੁਸੀਂ ਉਵੇਂ ਨਹੀਂ ਚੱਲੇ, ਇਸ ਕਰਕੇ ਤੁਹਾਡੇ ਤੇ ਮਾਰ ਪੈ ਗਈ। ਹੁਣ ਜੇ ਚੱਲੋਗੇ ਤਾਂ ਗਾਹਾਂ ਨੂੰ ਬਚੂਗੀ ਮਾਰ, ਤੁਹਾਡੇ ਦਿਨ ਸਿੱਧੇ ਆ ਜਾਣਗੇ। ਆਹ ਬੇਸ ਹੈ ਸਾਰਾ ਕੁਰਾਨ ਦਾ, ਇਹੀ ਕਿਰਪਾਲ ਕਿਰਪਾ ਜੇ ਕਰੇ ਸੰਤ ਕਿਰਪਾਲ ਕਿਰਪਾ ਜੇ ਕਰੇ, ਇਹੀ ਕੁਰਾਨ ਦੇ ਰਾਹੀਂ ਕਿਰਪਾ ਉਹ ਸੰਤ ਨੇ ਕਿਰਪਾ ਕੀਤੀ ਉਹਨਾਂ ਤੇ ਜਿਨ੍ਹਾਂ ਨੇ ਉਹ ਮੰਨ ਲਿਆ, ਉਹਨਾਂ ਦੀ ਅਵਸਥਾ ਬਣ ਗਈ। ਜਿਹੜੇ ਕੁਰਾਨ ਦੀ ਗੱਲ ਨੂੰ ਮੰਨਦੇ ਨੇ ਉਹ ਸੰਤ ਬਣ ਜਾਂਦੇ ਨੇ, ਤਰ ਜਾਂਦੇ ਨੇ।